ਸਤਿ ਸ਼੍ਰੀ ਅਕਾਲ ਐਂਡ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਵਾਰ ਫਿਰ। ਮੇਰਾ ਨਾਮ ਗਗਨਦੀਪ, ਓਮ ਗਲੋਬਲ ਅੰਮ੍ਰਿਤਸਰ ਤੋਂ। ਸੋ ਅੱਜ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਉਹ ਸੀ ਕਿ ਇੱਕ ਨਵੀਂ ਸਕਸੈਸ ਸਟੋਰੀ ਕੈਨੇਡਾ ਦੀ ਸਪਾਊਸ ਕੇਸ ਨੂੰ ਲੈ ਕੇ ਹਾਜ਼ਰ ਹੋਏ ਹਾਂ, ਤੋ ਸੋਚਿਆ ਕਿ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਾਇਆ ਜਾਏ ਅਤੇ ਉਹਨਾਂ ਦੀ ਜਰਨੀ ਦੇ ਬਾਰੇ ਤੁਹਾਨੂੰ ਦੱਸਿਆ ਜਾਏ ਕਿ ਉਹਨਾਂ ਦੀ ਜਰਨੀ ਵਿੱਚ ਕਿੰਨੇ ਕੁ ਹਿਕਅਪ ਸੀ, ਕੀ ਉਹਨਾਂ ਨੇ ਸਟਰਗਲ ਕੀਤਾ ਔਰ ਕੀ ਨਹੀਂ। ਕਿਉਂਕਿ ਜੋ ਸਾਨੂੰ ਉਹਨਾਂ ਨੇ ਦੱਸਿਆ ਆ ਕੇ ਕਿ ਉਹਨਾਂ ਨੂੰ ਸਾਰੇ ਕੰਸਲਟੈਂਟ ਨੇ ਮਨਾ ਕੀਤਾ ਸੀ ਕਿ ਉਹਨਾਂ ਦਾ ਵੀਜ਼ਾ ਨਹੀਂ ਆ ਸਕਦਾ। ਸੋ ਆਓ ਸਵਾਗਤ ਕਰਦੇ ਹਾਂ ਦਲਜੀਤ ਔਰ ਮਨਦੀਪ ਦਾ, ਔਰ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ ਓਮ ਗਲੋਬਲ ਦੇ ਨਾਲ ਜੁੜਨ ਤੋਂ ਬਾਅਦ। ਸੋ ਦਲਜੀਤ ਜੀ ਐਂਡ ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸੋ ਦਲਜੀਤ, ਇਹਨਾਂ ਆਪਣੇ ਵਿਊਵਰਸ ਨੂੰ ਇਹ ਦੱਸੋ ਕਿ ਤੁਹਾਡੀ ਜਰਨੀ ਕਿੱਦਾਂ ਦੀ ਰਹੀ ਜਦੋਂ ਤੁਸੀਂ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਓਮ ਗਲੋਬਲ ਤੋਂ। ਮਾਸਟਰ ਆਫ ਆਰਟਸ ਕੰਪਲੀਟ ਕੀਤੀ ਸੀ 2017 ਦੇ ਵਿੱਚ, ਉਸ ਤੋਂ ਬਾਅਦ 'ਚ ਮੈਂ ਜੋਬ ਕਰ ਰਹੀ ਸੀਗੀ ਅਤੇ ਮੈਂ ਮੇਰਾ ਸੁਪਨਾ ਸ਼ੁਰੂ ਤੋਂ ਰਿਹਾ ਸੀ ਮੈਂ ਕੈਨੇਡਾ ਜਾਣਾ ਚਾਹੁੰਦੀ ਸੀਗੀ ਅਤੇ ਪਰ ਮੈਨੂੰ ਸਾਰਿਆਂ ਨੇ ਇਹ ਕਿਹਾ ਸੀ ਵੀ ਤੂੰ ਬਹੁਤ ਜ਼ਿਆਦਾ ਸਟੱਡੀ ਕਰ ਲਈ ਹੈ, ਹੁਣ ਇਹ ਪੋਸੀਬਲ ਨਹੀਂ ਹੈਗਾ। ਅਤੇ ਦੈਨ ਮੇਰੀ ਉਸ ਤੋਂ ਬਾਅਦ 2023 ਦੇ ਵਿੱਚ ਮੇਰੀ ਮੈਰਿਜ ਹੋ ਗਈ ਅਤੇ ਦੈਨ ਮੈਂ ਆਪਣੇ ਹਸਬੈਂਡ ਨੂੰ ਇਹ ਕਿਹਾ ਕਿ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ ਅਤੇ ਇਹਨਾਂ ਨੇ ਵੀ ਉਸ ਦਿਨ ਤੋਂ ਹੀ ਮਤਲਬ ਵੀ ਸਟਾਰਟਿੰਗ ਕਰ ਦਿੱਤਾ, ਸਰਚਿੰਗ ਕਰਨੀ ਸਟਾਰਟਿੰਗ ਕਰ ਦਿੱਤੀ। ਅਤੇ ਦੈਨ ਇਹਨਾਂ ਨੇ ਇੱਕ ਦਿਨ ਓਮ ਗਲੋਬਲ ਦੀ ਐਡ ਦੇਖੀ ਫੋਨ 'ਤੇ, ਇੰਸਟਾਗ੍ਰਾਮ 'ਤੇ, ਅਤੇ ਇਹਨਾਂ ਨੇ ਜਦੋਂ ਫਿਰ ਉਸ ਤੋਂ ਬਾਅਦ ਸੀ ਇੰਸਟਾਗ੍ਰਾਮ ਤੋਂ ਦੇਖ ਕੇ ਅਸੀਂ ਇੱਥੇ ਓਮ ਗਲੋਬਲ ਅੰਮ੍ਰਿਤਸਰ ਵਿਜ਼ਿਟ ਕੀਤਾ ਅਤੇ ਇੱਥੇ ਅਸੀਂ ਗਗਨ ਸਰ ਨੂੰ ਮਿਲੇ ਅਤੇ ਇਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਇਹਨਾਂ ਨੇ ਉਸ ਦਿਨ ਹੀ ਸਾਡੀ ਫਾਈਲ ਸੀ ਜਿਹੜੀ ਅਪਲਾਈ ਕਰ ਦਿੱਤੀ ਅਤੇ ਉਸ ਤੋਂ ਬਾਅਦ 'ਚ ਅਸੀਂ ਆਪਣਾ 15 ਦਿਨ ਦੇ ਵਿੱਚ ਵਿੱਚ ਵੀਜ਼ਾ ਪ੍ਰਾਪਤ ਕਰ ਲਿਆ, ਜੋ ਕਿ ਅਸੀਂ ਅੱਜ ਇਸ ਵੀਜ਼ੇ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਗਨ ਸਰ ਦਾ ਅਤੇ ਸਾਰੀ ਓਮ ਗਲੋਬਲ ਟੀਮ ਦਾ। ਅਤੇ ਅਸੀਂ ਹਰੇਕ ਪਰਸਨ ਨੂੰ ਇਹੀ ਗਾਈਡ ਕਰਦੇ ਹਾਂ ਕਿ ਉਹ ਵੀ ਇੱਥੇ ਆਣ ਕੇ ਵਿਜ਼ਿਟ ਕਰਨ ਅਤੇ ਆਪਣਾ ਵੀਜ਼ਾ ਪ੍ਰਾਪਤ ਕਰਨ। ਸੋ ਦਲਜੀਤ, ਤੁਸੀਂ ਦੱਸਿਆ ਕਿ ਤੁਸੀਂ ਲਾਸਟ ਸਟੱਡੀ ਜਿਹੜੀ ਤੁਹਾਡੀ ਸੀ ਉਹ ਐਮਏ ਆਰਟ ਸੀ 2017 ਵਿੱਚ, ਤੁਹਾਡੇ ਆਈਲਟਸ ਵਿੱਚ ਕਿੰਨੇ ਸਕੋਰ ਸੀ? ਸਰ ਮੇਰੇ ਓਵਰਆਲ 6 ਸੀਗੇ, ਲੈਸ ਦੈਨ 5.5 ਅਤੇ ਉਹ ਵੀ ਮੇਰੇ ਦੋ ਮੋਡਿਊਲਸ ਦੇ ਵਿੱਚੋਂ ਸੀ। ਓਕੇ, ਸੋ ਜਦੋਂ ਤੁਸੀਂ ਉਹ ਆਈਲਟਸ ਕੀਤਾ, ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਕਾਫੀ ਜ਼ਿਆਦਾ ਕੰਸਲਟੈਂਟਸ ਨੂੰ ਜਦੋਂ ਤੁਸੀਂ ਵਿਜ਼ਿਟ ਕੀਤਾ ਸੀ ਅਤੇ ਉਹਨਾਂ ਨੇ ਤੁਹਾਨੂੰ ਉਸ ਚੀਜ਼ ਨੂੰ ਲੈ ਕੇ ਮਨਾ ਕੀਤਾ ਕਿ ਤੁਹਾਡਾ ਹਸਬੈਂਡ ਦੇ ਨਾਲ ਵੀਜ਼ਾ ਅਪਲਾਈ ਨਹੀਂ ਹੋ ਸਕਦਾ, ਕੀ ਗੱਲ ਹੈ, ਸੱਚ ਹੈ? ਹਾਂਜੀ ਸਰ, ਅਸੀਂ ਕਾਫੀ ਜਗ੍ਹਾ ਗਏ ਸੀਗੇ ਅਤੇ ਸਾਰਿਆਂ ਨੇ ਸਾਨੂੰ ਇਹ ਕਿਹਾ ਸੀ ਕਿ ਤੁਹਾਡਾ ਦੋਨਾਂ ਦਾ ਮਨਦੀਪ ਜੀ ਨੂੰ ਪੁੱਛਦੇ ਹਾਂ, ਮਨਦੀਪ ਜੀ ਦੀ ਕੀ ਲਾਈਫ ਵਿੱਚ ਰਿਹਾ ਹੈ, ਕੀ ਉਹਨਾਂ ਨੇ ਕੀਤਾ ਹੈ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਸੀ? ਤੋ ਮਨਦੀਪ ਜੀ, ਕੁਝ ਆਪਣੇ ਬਾਰੇ ਦੱਸੋਗੇ ਸਾਡੇ ਵਿਊਵਰਸ ਨੂੰ? ਸਰ ਮੇਰੀ ਸਰ 2012 ਤੋਂ ਮੈਂ ਪਲੱਸ 2 ਕੀਤੀ ਹੈ, ਉਸ ਤੋਂ ਲੈ ਕੇ ਹੁਣ ਤੱਕ ਮੈਂ ਐਗਰੀਕਲਚਰ ਹੀ ਸਰ ਮੈਂ ਕਰਦਾ ਹਾਂ। ਓਕੇ, ਤੁਸੀਂ ਐਗਰੀਕਲਚਰ ਵਿੱਚ ਕੰਮ ਕਰ ਰਹੇ ਸੀ? ਓਕੇ, ਸੋ ਤੁਸੀਂ ਮਨਦੀਪ ਜੀ ਕਦੋਂ ਸੋਚਿਆ ਸੀ ਕਿ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਸਰ ਦਿਮਾਗ ਦੇ ਵਿੱਚ ਸਾਰੇ ਸ਼ੁਰੂ ਤੋਂ ਹੀ ਹੈਗਾ ਸੀਗਾ ਕਿ ਜਾਣਾ ਕੈਨੇਡਾ ਹੈਗਾ, ਪਰ ਜਦੋਂ ਸਾਰਾ ਹੁਣ ਜਦ ਇਹ ਸਰ ਤੁਹਾਡੇ ਕੋਲ ਆਏ ਤੁਸੀਂ ਦੱਸਿਆ ਕਿ ਤੁਸੀਂ ਦੋਵੇਂ ਇਕੱਠੇ ਅੱਜ ਜਾ ਸਕਦੇ ਹਾਂ, ਇਹ ਫਿਰ ਉਹ ਸੁਪਨਾ ਸਾਡਾ ਹੁਣ ਤੁਹਾਨੂੰ ਪੂਰਾ ਹੁੰਦਾ ਤੁਹਾਨੂੰ ਦੱਸਿਆ ਸਰ। ਓਕੇ, ਸੋ ਵਿਊਵਰਸ, ਤੁਸੀਂ ਜਿੱਦਾਂ ਕਿ ਦੇਖ ਰਹੇ ਹੋ ਕਿ ਮਨਦੀਪ ਔਰ ਦਲਜੀਤ ਜੀ ਦਾ ਦੋਨਾਂ ਦਾ ਇਕੱਠੇ ਵੀਜ਼ਾ ਆਇਆ, ਸੇਮ ਡੇ 'ਤੇ ਉਹਨਾਂ ਦੀ ਫਾਈਲ ਲੌਂਚ ਹੋਈ ਸੀ ਔਰ ਸੇਮ ਡੇ ਉਹਨਾਂ ਨੇ ਆਪਣੇ ਵੀਜ਼ੇ ਨੂੰ ਪ੍ਰਾਪਤ ਕੀਤਾ। ਸੋ ਇੱਦਾਂ ਜਿੰਨੇ ਵੀ ਹੋਰ ਵੀ ਕਲਾਇੰਟਸ ਹੈਗੇ ਨੇ ਜਿਹੜਾ ਚਾਹੁੰਦੇ ਨੇ ਆਪਣਾ ਵੀਜ਼ਾ ਲੈਣਾ ਕੈਨੇਡਾ ਦਾ, ਬਟ ਕਿਸੇ ਵੀ ਕਾਰਨਾਂ ਕਰਕੇ ਉਹ ਆਪਣਾ ਵੀਜ਼ਾ ਨਹੀਂ ਲੈ ਪਾ ਰਹੇ ਸੀ ਜਾਂ ਕੋਈ ਵੀ ਉਹਨਾਂ ਦੇ ਦਿਮਾਗ ਵਿੱਚ ਜੋ ਵੀ ਸ਼ੰਕਾ ਚੱਲ ਰਹੀ ਸੀ, ਸੋ ਸਾਰੇ ਵਿਊਵਰਸ ਨੂੰ ਮੈਂ ਇਹੀਓ ਕਹਿਣਾ ਚਾਹੁੰਦਾ ਕਿ ਆਪਣੇ ਉਸ ਸ਼ੰਕਾ ਨੂੰ ਦੂਰ ਕਰੋ ਔਰ ਇੱਕ ਵਾਰੀ ਅੰਮ੍ਰਿਤਸਰ ਓਮ ਗਲੋਬਲ ਆ ਕੇ ਜ਼ਰੂਰ ਵਿਜ਼ਿਟ ਕਰੋ ਔਰ ਮੈਨੂੰ ਮਿਲ ਸਕਦੇ ਹੋ। ਮੇਰੇ ਨਾਲ ਅਪੁਆਇੰਟਮੈਂਟ ਰੱਖਣਾ ਚਾਹੁੰਦੇ ਹੋ ਤੁਸੀਂ ਮੇਰੇ ਕਾਲ ਸੈਂਟਰ 'ਤੇ ਕਾਲ ਕਰ ਸਕਦੇ ਹੋ, ਜਿਹੜਾ ਕਿ ਆਪਣਾ ਟੋਲ ਫਰੀ ਨੰਬਰ ਹੈਗਾ, ਤੁਸੀਂ ਉਹਦੇ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਉਸ ਟਾਈਮ 'ਤੇ ਆ ਕੇ ਤੁਸੀਂ ਮੈਨੂੰ ਅੰਮ੍ਰਿਤਸਰ ਬ੍ਰਾਂਚ ਵਿੱਚ ਮਿਲ ਸਕਦੇ ਹੋ ਔਰ ਤੁਹਾਡੇ ਜੋ ਵੀ ਡਾਊਟਸ ਹੈਗੇ ਨੇ ਜਾਂ ਤੁਹਾਡੀ ਜੋ ਵੀ ਕੁਐਰੀਜ਼ ਹੈਗੀ ਹੈ ਤੁਸੀਂ ਉਹਨਾਂ ਨੂੰ ਆਪਣਾ ਰਿਜ਼ੋਲਵ ਕਰਾ ਸਕਦੇ ਹੋ। ਸੋ ਇਹੀ ਉਹ ਟਾਈਮ ਚੱਲ ਰਿਹਾ ਜਿਹਦੇ ਵਿੱਚ ਰਹਿ ਕੇ ਅਗਰ ਕੋਈ ਵੀ ਆਪਣਾ ਹਸਬੈਂਡ ਦੇ ਨਾਲ ਜਾਂ ਆਪਣੇ ਵਾਈਫ ਦੇ ਨਾਲ ਆਪਣੇ ਬੇਬੀ ਦੇ ਨਾਲ ਵੀਜ਼ਾ ਲੈਣਾ ਚਾਹੁੰਦੇ ਨੇ, ਸੋ ਦਿਸ ਇਜ਼ ਦਾ ਗੋਲਡਨ ਟਾਈਮ ਗੋਇੰਗ ਔਨ ਜਿਹਦੇ ਵਿੱਚ ਰਹਿ ਕੇ ਤੁਸੀਂ ਆਪਣੇ ਵੀਜ਼ੇ ਨੂੰ ਹਾਸਿਲ ਕਰ ਸਕਦੇ।
ਸੋ ਅੱਜ ਦੇ ਵਾਸਤੇ ਇੰਨਾ ਹੀ, ਬਣੇ ਰਹੋ ਇਸ ਚੈਨਲ ਤੇ, ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸਕਸੈਸ ਸਟੋਰੀ ਨੂੰ ਲੈ ਕੇ। ਟਿਲ ਦਾ ਟਾਈਮ, ਥੈਂਕ ਯੂ ਸੋ ਮੱਚ।